ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕਿਸਾਨ ਵੀਰੋ, ਆ ਜਿਹੜਾ ਉਪਰਾਲਾ ਹੈਗਾ, ਇੱਕ ਆਪਾਂ ਜਿਹੜੇ ਆਪਣੇ ਦੁੱਧ ਵਾਲੇ ਪਸ਼ੂ ਹੈਗੇ ਆ ਉਹਨਾਂ ਬਾਰੇ ਆਪਾਂ ਸਟਾਰਟ ਕੀਤਾ ਹੈਗਾ। ਸੋ ਇਹ ਸਾਡਾ ਲੜੀਵਾਰ ਪ੍ਰੋਗਰਾਮ ਹੈ ਜਿਹੜਾ ਕਿ ਆਪਾਂ ਸ਼ੁਰੂ ਕਰ ਰਹੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਆਪਣੀ ਜਿਹੜੇ ਡੇਅਰੀ ਫਾਰਮਰ ਨੇ ਉਹਨਾਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਆਪਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਵੀ ਜਾਣਕਾਰੀ ਹੈਗੀ ਆ ਤੁਹਾਡੇ ਤੱਕ ਪਹੁੰਚਾਈਏ। ਸੋ ਅੱਜ ਇਸ ਲੜੀ 'ਚ ਸਾਡੇ ਨਾਲ ਨੇ ਡਾਕਟਰ ਰਣਜੋਧਨ ਸਿੰਘ ਸੋਹਤਾ ਸਾਹਿਬ, ਸੋ ਜਿਹੜੇ ਕਿ ਡਾਇਰੈਕਟਰ ਐਕਸਟੈਂਸ਼ਨ ਗੁਰਦਾਸਪੁਰ ਤੋਂ ਰਿਟਾਇਰ ਹੋਏ ਨੇ, ਅਤੇ ਨਾਲ ਹੀ ਅੱਜ ਕੱਲ੍ਹ ਉਹ ਜਿਹੜੇ ਡਾਇਰੈਕਟਰ ਸਾਹਿਬ ਉਹਦੇ 'ਚ ਕੰਸਲਟੈਂਟ ਦੀ ਸੇਵਾਵਾਂ ਆਪਣੀ ਦੇ ਰਹੇ ਨੇ। ਸੋ ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ ਵੀ ਕਿਉਂਕਿ ਕਿਸਾਨ ਵੀਰਾਂ ਕੋਲ ਬਹੁਤ ਸਮੱਸਿਆਵਾਂ ਵੀ ਨੇ, ਕਾਫੀ ਜਾਣਕਾਰੀ ਹੈ ਜਿਹੜੀ ਉਹਨਾਂ ਤੱਕ ਪਹੁੰਚਣੀ ਹੋਣੀ ਚਾਹੀਦੀ ਹੈ। ਸੋ ਇਸ ਲੜੀ 'ਚ ਆਪਾਂ ਅੱਜ ਕਿਉਂਕਿ ਸਰਦੀ ਦਾ ਮੌਸਮ ਹੈਗਾ, ਅਤੇ ਇਸ ਜਿਹੜਾ ਆਪਾਂ ਟੋਪਿਕ ਵੀ ਦੇਖ ਰਹੇ ਹੈਗੇ ਜਿਹੜਾ ਚੁਣਿਆ ਹੈਗਾ ਫਸਟ ਟੋਪਿਕ, ਸੋ ਆਪਾਂ ਗੱਲ ਕਰਾਂਗੇ ਵੀ ਆਸ ਹੋਏ ਜਿਹੜੇ ਆਪਣੇ ਪਸ਼ੂ ਹੈਗੇ ਉਹਨਾਂ ਦੀ ਆਪਾਂ ਕਿਵੇਂ ਸਾਂਭ ਸੰਭਾਲ ਕਰੀਏ। ਸੋ ਮੈਂ ਸ਼ੁਰੂ ਕਰਨਾ ਚਾਹੂੰਗਾ ਡਾਕਟਰ ਸਾਹਿਬ ਵੀ ਜਦੋਂ ਆਸ ਹੋਏ ਦੀ ਆਪਾਂ ਗੱਲ ਕਰ ਲਈਏ, ਆਸਾਂ ਤੋਂ ਆਸ ਹੋਏ ਲਵੇਰੇ ਤੋਂ ਆਪਾਂ ਨੂੰ ਕਈ ਆਸਾਂ ਹੁੰਦੀਆਂ ਨੇ, ਸੋ ਕਿੱਥੇ ਆਪਾਂ ਡਾਕਟਰ ਸਾਹਿਬ ਕਿਸਾਨ ਵੀਰ ਜਿਹੜੇ ਹੈਗੇ ਹੈ ਕਿੱਥੇ ਆਪਣੀ ਚੂਕ ਕਰ ਜਾਂਦੇ ਨੇ, ਜਾਂ ਕਿਹੜੇ ਕਿਹੜੇ ਉਪਰਾਲੇ ਹੈ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ? ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਸ ਹੋਏ ਲਵੇਰੇ ਤੋਂ ਆਸਾਂ ਬਹੁਤ, ਪਸ਼ੂ ਗੱਭਣ ਹੋ ਜਾਂਦਾ ਜਦੋਂ ਪਸ਼ੂ, ਕਿਉਂਕਿ ਜੇ ਆਸ ਹੋਇਆ ਤਾਂ ਹੀ ਉਹ ਸੂਏਗਾ। ਸੋ ਜਦੋਂ ਆਪਾਂ ਨੂੰ ਆਸਾਂ ਕੀ ਨੇ, ਉਦੋਂ ਤੋਂ ਵੀ ਬਹੁਤ ਵਧੀਆ ਸੂ ਕੇ ਦੁੱਧ ਦੇਵੇ, ਤੰਦਰੁਸਤ ਅਤੇ ਵਧੀਆ ਬੱਚਾ ਦੇਵੇ ਨਸਲ ਦਾ, ਉਹ ਸੂਣ ਮੌਕੇ ਔਖਾ ਨਾ ਹੋਵੇ, ਉਹ ਜਿਹੜਾ ਹੈਗਾ ਟਾਈਮ ਸਿਰ ਬੋਲ ਪਏ। ਸੋ ਇਹ ਸਾਨੂੰ ਉਹਦੇ 'ਤੇ ਆਸਾਂ ਨੇ। ਪਰ ਕਤਾਈਆਂ ਜਿਹੜੀਆਂ ਤੁਸੀਂ ਕਿਹਾ, ਅਕਸਰ ਸਾਡਾ ਸਮੱਸਿਆ ਕੀ ਹੈ, ਪਹਿਲੀ ਤਾਂ ਸਾਡੀ ਸਮੱਸਿਆ ਆਉਂਦੀ ਹੈ ਮੱਝ ਦੁੱਧੋਂ ਪਹਿਲਾਂ ਹੀ ਭੱਜ ਜਾਂਦੀ ਬਾਹਲੇ, ਤਾਂ ਕਹਿੰਦੇ ਆਸ ਹੀ ਉੱਦਣ ਹੁੰਦੇ ਜਦੋਂ ਦੁੱਧੋਂ ਭੱਜ ਜਾਂਦੀ ਹੈ, ਫਿਰ ਐਂ ਉਹਨੂੰ ਝੂਠ 'ਤੇ ਲਾ ਦਿੰਦਾ ਵੀ ਹੁਣ ਸਾਨੂੰ ਵੀ ਲੱਗੂ ਕੱਟੇ ਨੂੰ ਲੱਗੂ। ਦੂਜੀ ਸਮੱਸਿਆ ਜਿਹੜੀ ਸਾਡੇ ਕੋਲ ਲਵੇਰਾ ਹੈਗਾ ਉਹ ਹੈਗਾ ਗਾਂ, ਉਹ ਦੁੱਧੋਂ ਭੱਜਦੀ ਨਹੀਂ, ਅਸੀਂ ਦੁੱਧੋਂ ਛੱਡਦੇ ਨਹੀਂ, ਤਾਂ ਬੜੀ ਟੌਰ ਮਾਰਦੇ ਵੀ ਰਾਤੀ ਚੋਈ ਸਵੇਰੇ ਸੂਪ ਵੀ, ਫਿਰ ਦੂਜੇ ਸੂਏ ਅਸੀਂ ਗਾਲਾਂ ਕੱਢਦੇ ਹਾਂ। ਜੇ ਮੱਝ ਨੂੰ ਪਾਉਣਾ ਕੁਛ ਨਹੀਂ, ਗਾਂ ਨੂੰ ਛੱਡਣਾ ਨਹੀਂ, ਸੂਏ ਨੇ ਦੋ ਹੀ ਦੇਣੇ ਆ, ਫਿਰ ਤੰਗ ਕਰੇਗੀ। ਕਿਉਂਕਿ ਜਿਹੜਾ ਤੁਸੀਂ ਕਿਹਾ ਸਮੱਸਿਆ ਕੀ ਆਉਂਦੀ, ਜਦੋਂ ਫਿਰ ਉਹਦਾ ਉਹਨੇ ਖਰਿਆ ਪੂਰਾ ਕਰਨਾ ਵਾ, ਉਹਦੇ ਅੰਦਰ ਬੱਚਾ ਪਰ ਰਿਹਾ, ਜੇ 30 ਕਿਲੋ ਦਾ ਬੱਚਾ ਅਖੀਰਲੇ 3 ਮਹੀਨਿਆਂ 'ਚ 20 ਕਿਲੋ ਬਣੇਗਾ, ਉਹਨੇ ਬੌਲੀ ਬਣਾਉਣੀ ਹੈ, ਟੁੱਟ ਭੱਜ ਦੀ ਮੁਰੰਮਤ ਹੋਣੀ ਆ, ਉਹ ਜੇ ਨਹੀਂ ਉਹ ਤਿਆਰ ਹੋਣਾ ਨੇ ਆਉਣ ਵਾਲੇ ਸੂਏ ਲਈ, ਜੇ ਨਹੀਂ ਹੋਏਗਾ ਫਿਰ ਉਹ ਕੋਈ ਸਮੱਸਿਆ ਕਿਹੜੀ ਕਰੇਗਾ, ਬੋਲ ਕੇ ਤਾਂ ਦੱਸ ਨਹੀਂ ਸਕਦਾ। ਜਿਹੜਾ ਤੁਸੀਂ ਇਹ ਪੁੱਛਿਆ ਵੀ ਸੇਵਾ ਕਿੱਦਾਂ ਕਰਨੀ, ਵੀ 2 ਮਹੀਨੇ ਮੇਰੀ ਬੇਨਤੀ ਆ ਵੀ ਉਹਨੂੰ ਦੁੱਧੋਂ ਛੱਡ ਦਿਉ, ਜੇ ਭੱਜ ਗਿਆ ਦੁੱਧੋਂ ਹਟ ਗਿਆ ਤਾਂ ਭਲੀ ਬਾਵਾ, ਇੱਕ ਤਾਂ ਝਟਕਾ ਜਿਹਾ ਫਾਰਮੂਲਾ ਰੱਖੋ ਵੀ ਇੰਨੀ ਸੇਵਾ ਕਰੋ ਵੀ ਉਹ 10 ਕਿਲੋ ਦੁੱਧ ਦੇਣ ਲਿਆ, ਉਹਨੂੰ ਰਾਜਮੇ ਪੱਠੇ ਪਾਓ, 2-3 ਕਿਲੋ ਦਾਣਾ ਜਿਹੜਾ ਬੋਰੀ ਵਾਲੀ ਖੁਰਾਕ ਆਪਾਂ ਨਹੀਂ ਫੀਡ ਕਹਿੰਦੇ ਹਾਂ, ਉਹ ਪਾਉਣੀ ਚਾਹੀਦੀ ਹੈ। ਇਹ ਭੁੱਲ ਜਾਓ ਵੀ ਬੱਚਾ ਭਾਰਾ ਹੋ ਜਾਊ, ਸੂਣ ਮੁੱਖ ਔਖੀ ਹੋਊ, ਸਾਨੂੰ ਲਾਠੀ ਫੜਾ ਰਹੇ ਇਹੀ ਤੇ ਕਰ ਰਹੇ ਨਾ, ਉਹ ਤਾਂ ਇਹ ਆ ਵੀ ਤੂੜੀ ਪਾਤੀ ਫਿਰ ਉਹ ਕਰਤਾ, ਫਿਰ ਪਿੱਛਾ ਮਾਰ ਗਈ ਜੀ, ਫਲਾਣਾ ਬੱਚਾ ਕਮਜ਼ੋਰ ਆ, ਸਿਆਲ ਸਿਰ ਤੇ ਕੱਟਾ ਸਾਈਕਲ ਤੇ ਹੋ ਗਿਆ ਜੀ, ਉਹ ਮਰ ਗਿਆ ਜੀ, ਉਹ ਤਾਂ ਫਿਰ ਉਹਨਾਂ 'ਚ ਤੇਲ ਦੇਈ ਜਾਂਦੇ ਇੰਨੇ ਬਾ, ਕੋਈ ਲੇਟੀ ਚਾਰੀ ਜਾਂਦਾ ਦਲੀਆ ਜਿਹਨੂੰ ਆਪਾਂ ਕਹਿੰਦੇ ਹਾਂ। ਅਸੀਂ ਜਿਹੜਾ ਉਹੀ ਮੈਂ ਦੱਸ ਰਿਹਾ, ਰਾਜਵੇਂ ਪੱਠੇ ਪਾਓ, 2-3 ਕਿਲੋ ਉਹਨੂੰ ਫੀਡ ਪਾਓ, ਤੇਲ ਸਿਰਫ 2 ਟਾਈਮ ਦਿੰਦੇ ਹਾਂ ਵੀ ਜੇ ਕਬਜ਼ ਹੋ ਜਾਵੇ, ਬੰਨ ਪੈ ਜਾਵੇ ਜਾਂ ਫਰਾ ਪੈ ਜਾਵੇ, ਉਹਨੂੰ ਫਿਰ ਆਪਾਂ ਕਹਿੰਦੇ ਹਾਂ ਵੀ ਪਾਈਆ 1.5 ਪਾਈਆ ਸਰੋਂ ਜਲਸੀ ਦਾ ਤੇਲ ਦੇ ਦਿਉ, ਜਿਹਨੂੰ ਮਿੱਠਾ ਤੇਲ ਤਿਲਾਂ ਦਾ ਦੇ ਦਿਉ। ਸੋ ਉਹ ਹੁੰਦਾ ਆਉਂਦੇ ਆ, ਲੇਟੀ ਜਿਹੜੀ ਹੈਗੀ ਆ ਕਿ ਉਹ ਸੂਣ ਤੋਂ ਬਾਅਦ ਪਾ ਸਕਦੇ ਹਾਂ ਹਫ਼ਤਾ, ਤੁਸੀਂ ਵੀ 1 ਕਿਲੋ ਕਣਕ ਦਾ ਦਲੀਆ, 1/2 ਕਿਲੋ ਗੁੜ 'ਚ ਰਿੰਨ ਕੇ, ਇਹ ਤੁਸੀਂ ਸਵੇਰੇ ਇੰਨਾ ਹੀ, ਸ਼ਾਮੀ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਹੁੰਦਾ। ਔਰ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਉਹ ਰਾਜਮੇ ਪਾ, 1 ਮਹੀਨਾ ਪਹਿਲਾਂ ਜਿਹੜਾ ਉਹਨੂੰ ਮਲੱਪ ਰਹਿਤ ਕਰ ਦਿਉ, ਮਲੱਪ ਕਰ ਦਿਉ, ਬੱਚੇ ਦੇ ਵੀ ਘੱਟ ਪੈਣਗੇ, ਜਾਨਵਰ ਦੀ ਵੀ ਸਿਹਤ ਹੋਊ, ਅਤੇ ਲੋਕ 2 ਕਿਲੋ ਨਹੀਂ ਪਾਉਂਦੇ ਬੱਚਾ ਭਾਰਾ, ਉਹਨੂੰ ਜਿਸ ਤਰ੍ਹਾਂ ਤੁਸੀਂ ਕਿਹਾ। ਅਗਲੀ ਗੱਲ ਸੁਣ ਲਓ ਕਿ ਜਿਹੜੇ ਪਹਿਲੇ ਸੂਏ ਸੂਣੀ ਆ, ਜਦੋਂ ਆਪਾਂ ਕਾਨੂੰਨ ਕਹਿੰਦੇ ਝੋਟੀ ਜਾਂ ਬੈੜ, ਅਸੀਂ ਉਹਨੂੰ ਕਹਿੰਦੇ 1 ਕਿਲੋ ਹੋਰ ਦਾਣਾ ਪਾਓ,
ਕਿਉਂਕਿ ਉਹਦੇ ਉਹਦਾ ਖੁਦ ਦਾ ਵਜ਼ਨ ਵੱਧ ਰਿਹਾ, ਬੱਚੇ ਦਾ ਵਜ਼ਨ ਤਾਂ ਵੱਧ ਰਿਹਾ, ਖੁਦ ਦਾ ਵੀ ਉਹਦਾ ਮਤਲਬ ਵਜ਼ਨ ਵੱਧ ਰਿਹਾ। ਬੋਲੀ ਕਿੰਨੀ ਤਾਕਤ ਵਾਲੀ ਚੀਜ਼ ਹੈ, ਲੋਕ ਡੋਲ ਦਿੰਦੇ ਜ਼ਹਿਰ, ਕਿਹੜੀ ਦੁਨੀਆ ਦੀ ਮਾਂ ਆਪਣੇ ਬੱਚੇ ਲਈ ਜ਼ਹਿਰ ਪੈਦਾ ਕਰਦੀ, ਬੋਲੀ ਇਸ ਕਰਕੇ ਉਸ ਤਾਕਤ ਬਹੁਤ ਹੁੰਦੀ ਹੈ। ਸੋ ਇਸ ਕਰਕੇ ਉਹ ਅਸੀਂ ਉਹਨੂੰ ਕਹਿੰਦੇ ਬਾਕੀ ਉੱਚੇ ਨੀਵੇਂ ਨਾ ਤੋਰੋ, ਐਵੇਂ ਲੱਦ ਕੇ ਕਿਤੇ ਗੱਬੜ ਪਸ਼ੂ ਨੂੰ ਲੈ, ਪਸ਼ੂ ਭਿੜੇ ਨਾ, ਉੱਚੇ ਨੀਵੇਂ ਚਾਰੋ ਨਾ, ਇਹ ਆਮ ਗੱਲਾਂ ਨੇ। ਅਤੇ ਇੱਕ ਇਹ ਹੈ ਕਿ ਮਤਲਬ ਆਪਾਂ ਕਹਿੰਦੇ ਜਾਗਦਿਆਂ ਦੀਆਂ ਗੱਟੀਆਂ ਸੁੱਤਿਆਂ ਦੇ ਗੱਟੇ ਦਿਨ ਕਿਸੇ ਨੂੰ ਨਹੀਂ ਪਤਾ ਹੁੰਦਾ, ਅਤੇ ਸਾਰਾ ਟੱਬਰ ਬਹਿ ਜਾਓ, ਕਿਸੇ ਇਸ ਤਰ੍ਹਾਂ ਨਹੀਂ ਸੈਕਸ ਚੇਂਜ ਕਰ ਸਕਦੇ, ਤੁਸੀਂ ਲਿੰਗ ਨਹੀਂ ਬਦਲ ਸਕਦੇ। ਉਹਦਾ ਇਹ ਇੱਕ ਬੇਜਵਾਨ ਸੂਣ ਡਿਆ, ਇੱਕ ਤੁਹਾਡਾ ਪੈਦਾ ਹੋਣ ਡਿਆ, ਤੁਹਾਨੂੰ ਮੌਕੇ 'ਤੇ ਆ ਜਾਣੀ, ਕੋਈ ਨਾ ਕੋਈ ਸਿਆਪਾ ਪੈ ਜਾਏਗਾ, ਬਲ ਪੈ ਗਿਆ, ਬੱਚੇ ਦਾ ਨਹੀਂ ਤਾਂ ਮੂੰਹ ਬੰਦ ਹੋ ਗਿਆ, ਬੱਚਾ ਪਾ ਜਾਏਗਾ, ਦਮ ਘੁੱਟ ਕੇ ਬੱਚਾ ਮਰ ਜੂ, ਫੁੱਲ ਕੇ ਡੰਗਰ ਮਰ ਜੂਗਾ। ਸੋ ਇਹ ਉਹ ਜਾਂ ਇੱਕ ਆਪਾਂ ਸਮੱਸਿਆ ਆਉਂਦੀ, ਸਾਡੀ ਮਾਂ ਜੇਰ ਖਾ ਗਈ, ਹੁਣ ਕੀ ਕਰੀਏ, ਵੀ ਹੁਣ ਕੀ ਕਰਨਾ, ਉੱਥੇ ਡੰਗਰ ਕਰੂ ਜਿਹੜਾ ਖਾ ਗਿਆ, ਉਹਨੇ ਹਫ਼ਤਾ 10 ਦਿਨ ਪੱਠੇ ਨਹੀਂ ਖਾਣੇ, ਮੁੜ ਕੇ ਸਿਆਪਾ ਤੁਹਾਡੇ ਗੱਲ ਪੈ ਜੂਗਾ, ਉਹ ਸਾਰਾ ਸੂਣ ਨਹੀਂ। ਔਰ ਇੱਕ ਗੱਲ ਇਹ ਵੀ ਯਾਦ ਰੱਖੋ ਕਿ ਜਿਹੜਾ ਸੂਣ ਮੌਕੇ ਭੰਗਾ ਪੈ ਗਿਆ, ਪੂਰਾ ਸੂਹਾ ਲੋਟ ਨਹੀਂ ਆਉਂਦਾ। ਸੋ ਇਹ 2-4 ਗੱਲਾਂ ਵੀ ਉਦੋਂ ਦੁੱਧੋਂ ਭਜਾ ਦਿਉ, 2-3 ਕਿਲੋ ਉਹਨੂੰ ਫੀਡ ਪਾਓ, ਰਾਜਮਾਂਹ ਚਾਰਾ ਪਾਓ, ਇਹ ਜਿਹੜੀਆਂ ਆਪਾਂ ਗੱਲਾਂ ਕਰਦੇ, ਜੇ ਧਿਆਨ ਰੱਖੋਗੇ ਆਸ ਹੋਏ ਲਵੇਰੇ ਤੋਂ ਆਸਾਂ ਪੂਰੀਆਂ ਉਹਦੀਆਂ ਹੋਣਗੀਆਂ। ਅੱਛਾ, ਇੱਕ ਡਾਕਟਰ ਜਿਹੜੀ ਤੁਸੀਂ ਵਿੱਚ ਗੱਲ ਵੀ ਕੀਤੀ ਹੈਗੀ ਹੈ, ਕਈ ਕਿਸਾਨ ਵੀਰ ਇਹ ਹੈਗਾ ਵੀ ਜਦੋਂ ਪਸ਼ੂ ਸੁੱਕ ਗਿਆ ਤਾਂ ਫਿਰ ਉਹਨੂੰ ਚੋਣ ਦੀ ਬਜਾਏ, ਛੇਤੀ ਤੋਂ ਛੇਤੀ ਚੋਣ ਦੀ ਬਜਾਏ ਉਹ ਕੀ ਕਰਦੇ ਨੇ ਵੀ ਉਹ ਜੇਰ ਉਲਟੀ ਜਾਂਦੇ ਨੇ, ਵੀ ਜੇਰ ਪਊਗੀ ਤਾਂ ਫਿਰ ਉਸ ਤੋਂ ਇਹਦਾ ਵੀ ਡਾਕਟਰ ਸਾਹਿਬ ਕੋਈ ਆਪਾਂ ਨਹੀਂ। ਇਹ ਇੱਕ ਵਹਿਮ ਆ ਜੀ ਕਿ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਪਹਿਲੀ ਗੱਲ ਤਾਂ ਸੂਣ ਮੌਕੇ ਰੌਲਾ ਰੱਪਾ ਨਾ ਪਾਓ, ਅਸੀਂ ਦੁੱਧ ਕਿੰਨਾ ਪੜਦੇ ਨਾ ਚੋਣੇ ਸੂਣ ਮੌਕੇ ਪਿੰਡ ਡੰਡੀ ਚੱਕ ਪਿੰਡ ਸਿਰ 'ਤੇ ਚੱਕ ਦਿੰਦੇ ਹਾਂ, ਉਹ ਫਿਰ ਰੁਕਾਵਟ ਪੈਦਾ ਕਰੇਗਾ। ਹਾਂ, ਜੇ ਤੁਹਾਨੂੰ ਲੱਗਦਾ ਜਦੋਂ ਜਾਨਵਰ ਜ਼ੋਰ ਮਾਰਦਾ ਤਾਂ ਉਹਨੂੰ ਤਾਂ ਪਿਛਾਂਹ ਨੂੰ ਜ਼ੋਰ ਮਾਰੋ, ਸੂਣ ਤੋਂ ਬਾਅਦ ਖੜੀ ਕਰ ਦਿਉ, ਜ਼ਬਰਦਸਤੀ ਨਾ ਕਰੋ, ਕਿਸੇ ਕਿਰਿਆ ਅਧੀਨ ਵਾਲਿਆ ਬੱਚਾ ਜੇ ਨਾ ਜੁੜਿਆ, ਜੇ ਬੱਚੇ ਦਾ ਨਹੀਂ ਤੁਸੀਂ ਧੱਕੇਸ਼ਾਹੀ ਕਰੋਗੇ, ਸਾਰਾ ਪਿੱਛਾ ਬਾਹਰ ਆ ਜਾਏਗਾ ਅਤੇ ਹੋਰ ਸੂਹੇ ਨਹੀਂ ਦੇਗਾ ਡੰਗਰ। ਉਦੋਂ ਸਾਨੂੰ ਬੜੀ ਕਾਹਲੀ ਹੁੰਦੀ ਵੀ ਸਵਾ ਲਈ ਹੈ, ਕਿਉਂਕਿ ਕੁਦਰਤੀ ਕਿਰਿਆ 6-7 ਘੰਟੇ ਉੱਠਕ ਬੈਠਕ ਹੋਵੇਗੀ, ਦਰਦ ਹੋਏਗੀ, ਫਿਰ ਮਟਿਆਰਟੀ ਆਏਗੀ, ਅੱਧੇ ਘੰਟੇ 'ਚ ਫਟੇਗੀ, ਮੋਰਲੇ ਖੁੰਡਰੂ ਪਿਛਲੇ ਵੀ ਖੁੱਟਰੂ ਆ ਸਕਦੇ ਆ। ਸੋ ਉਹ ਸੂਹ ਪਿਆ ਡੰਗਰ, ਪਹਿਲਾਂ ਤਾਂ ਇਹ ਨਹੀਂ ਫੁਰਤੀ ਖਿੱਚਣ ਦਾ, ਫੁਰਕੀ ਜਿਹੜੀ ਤੁਸੀਂ ਗੱਲ ਕਰਦੇ ਫਿਰ ਛੂਹਦਾ ਹੀ ਨਹੀਂ, ਜੇ ਜੇਰ ਨਹੀਂ ਪਈ ਉਹਦੀ ਮਾਂ ਦੀ ਨਹੀਂ ਪੈਂਦੀ, ਸਜ਼ਾ ਬੱਚੇ ਨੂੰ ਕਿਉਂ ਲਾ ਕੇ ਬੈਠੇ। ਕੁਦਰਤ ਦੀ ਨਿਮਤ ਹੈ ਜੀ, ਬੱਚੇ ਲਈ ਵਰਦਾਨ ਹੈ, ਕਿਸੇ ਚੀਜ਼ ਦਾ ਬੱਚਾ ਪੈਦਾ ਹੁੰਦਾ ਲੜਨ ਦੀ ਉਹਦੇ 'ਚ ਕੋਈ ਬਿਮਾਰੀਆਂ ਦੇ ਲੜਨ ਦੀ ਤਾਕਤ ਨਹੀਂ ਹੈਗੀ, ਬੋਲੀ ਤੋਂ ਮਿਲਣੀ ਆ। 7 ਘੰਟੇ ਤੋਂ ਬਾਅਦ ਜਜ਼ਬ ਨਹੀਂ ਹੁੰਦੇ, ਆਹ 2 ਘੰਟੇ ਪਹਿਲਾਂ ਇੰਨਾ 6-7-12 ਘੰਟੇ ਜੇਰ ਉਡੀਕ ਲੈਂਦੇ ਹਾਂ, ਫਿਰ ਕਾਂ ਉਡੀਕੀ ਜਾਂਦਾ ਕੋਈ ਛੱਪੜ ਨੂੰ ਤੁਰ ਪਿਆ, ਵਿੱਚ ਉਹਨੂੰ ਪਿਉਂਦੇ ਹੀ ਨਹੀਂ। ਸੋ ਮੇਰੀ ਬੇਨਤੀ ਇਹ ਹੈ ਕਿ ਜਦ ਡੰਗਰ ਸੁੱਕਿਆ 2 ਘੰਟੇ 'ਚ ਉਹਨੂੰ ਚੋਣਾ ਚੋਲੋ, ਚਘਾਉਣਾ ਚਘਾ ਦਿਓ, ਜਿੰਨਾ ਸਰੀਰ ਦਾ ਵਜ਼ਨ ਆ 20 ਕਿਲੋ 30 ਕਿਲੋ ਦਾ 10ਵਾਂ ਹਿੱਸਾ, 2-3 ਕਿਲੋ ਜਿੰਨੀ ਬੋਲੀ ਬਣਦੀ ਹੈ ਉਹਦਾ ਅੱਧੀ ਤੁਸੀਂ 2 ਘੰਟੇ 'ਚ ਪਿਆਉਣੀ ਹੈ। ਕਬਜ਼ ਨਹੀਂ ਹੋਣ ਦੇਗੀ, ਬਿਮਾਰੀਆਂ ਦੇ ਲੜਨ ਦੀ ਤਾਕਤ ਦੇਗੀ, ਤਾਕਤਵਰ ਬੜੀ ਆਉਂਦੀ ਹੈ। 6-7 ਘੰਟੇ ਤੋਂ ਬਾਅਦ ਜਜ਼ਬ ਨਹੀਂ ਹੁੰਦੀ, ਜੇ ਤੁਸੀਂ ਹੁਣ 10-12 ਘੰਟੇ ਬਾਅਦ ਜੇ ਬੋਲੀ ਪਿਆਈ ਤੇ ਨਾ ਪਿਆਈ ਹੁਣ। ਹਾਂ, ਜੇ ਤੁਸੀਂ ਪਿਆਉਣੀ ਹੈ ਤਾਂ ਸਰਦੀਆਂ 'ਚ ਕੋਸ਼ਾ ਕਰਕੇ ਪਿਆਓ, ਜੇ ਚਘਾਉਣੀ ਤਾਂ ਚਘਾ ਦਿਓ, ਪਰ ਚਘਾਇਆ ਪਹਿਲਾਂ ਕਰੋ, ਬਾਅਦ 'ਚ ਨਹੀਂ ਚਘਾਉਣੀ ਹੁੰਦੀ। ਆਹ ਪਹਿਲਾਂ ਮੂੰਹ ਲਵਾਉਂਦੇ, ਮੁੜ ਕੇ ਉਹ ਫਿਰ ਥਣ ਫੜ ਜਾਂਦੇ, ਬਾਅਦ 'ਚ ਜਾਨਵਰ ਦੁੱਧ ਚੜਾ ਜਾਂਦਾ, ਫੈ ਉਹ ਡੋਕੇ ਮਤਲਬ ਬੱਚਾ ਪੀ ਜਾਂਦਾ, ਫੈਟ ਘੱਟ ਜਾਂਦੀ, ਫਿਰ ਰੌਲਾ ਪਾ ਦਿੰਦੇ ਹਾਂ। ਸੋ ਇਹ ਜਿਹੜੀਆਂ 2-4 ਗੱਲਾਂ, ਹੁਣ ਜਿਹੜਾ ਤੁਸੀਂ ਕਿਹਾ ਵੀ ਚੋਣਦੇ ਨਹੀਂ, ਹੁਣ ਇਹ 'ਚ ਕਿੱਡਾ ਕੁ ਵਹਿਮ ਆ, ਜੇ ਜੇਰ ਪੈ ਵੀ ਜਾਵੇ ਫਿਰ ਕਿਹੜਾ ਉਹ ਹਟਦੇ ਆ, ਦੁੱਧ 'ਚ ਬੋਲੀ 'ਚ ਫੂਕ ਨਾ ਮਾਰੋ, ਕੱਟਾ ਰਸਾ ਕਾਢ ਲਾ, ਜਾਂ ਕਿਹੜੀ ਵਾਇਰਲੈਸ ਵੱਜਣ ਦੀ ਹੈ ਵੀ ਘਰੇ ਫੂਕ ਵੱਜੀ ਰਸੇ ਦਾ ਤਾਂ ਕੱਟਣ ਕਰ ਦਿਉ। ਸੋ ਮੈਂ ਜਿਹੜੀ ਦਾਅਵੇ ਨਾਲ ਤੁਹਾਨੂੰ ਕਹਿੰਦਾ, ਜਿੰਨੀ ਜਲਦੀ ਚਘਾ ਦਿਉਗੇ 2 ਘੰਟੇ ਤਾਂ ਕਹਿੰਦੇ ਤੁਸੀਂ ਜਾਨਵਰ ਨੂੰ ਸਾਫ਼ ਕਰਨਾ, ਬੱਚੇ ਨੂੰ ਸਾਫ਼ ਕਰਨਾ ਟਾਈਮ ਲੱਗਦਾ, ਜਿੰਨੀ ਜਲਦੀ ਚੋਲੋਗੇ ਉੱਨੀ ਜਲਦੀ ਚੇਰ ਪੈ ਜਾਊ। ਸ਼ਾਇਦ ਵਹਿਮ ਇਸ ਕਰਕੇ ਕਈ ਵਾਰੀ ਬਹੁਤ ਦੁੱਧ ਜ਼ਿਆਦਾ ਡੰਗਰ ਦਿੰਦੇ ਆ, ਪਿਛਲੇ ਸੂਹੇ ਬਹਿ ਗਿਆ ਸੀਗਾ ਜਾਂ ਸੰਭਾਲਿਆ ਨਹੀਂ ਗਿਆ। ਤੁਸੀਂ 1-2 ਲੀਟਰ ਛੱਡ ਦਿਆ ਕਰੋ, ਤੁਸੀਂ ਪੂਰੀ ਚੁਆਈ ਨਹੀਂ ਕਰਨੀ ਹਫ਼ਤਾ ਕ, ਅਤੇ ਉਹ ਤੁਹਾਡਾ ਵਹਿਮ ਜਿਹੜਾ ਉਹ ਹੈ ਨਾ, ਪਰ 2 ਘੰਟੇ 'ਚ ਤੁਸੀਂ ਚਘਾਉਣੀ ਪਿਆਉਣੀ ਚੋ ਲਓ, ਕਾਂ ਨਾ ਡੀਕੋ। ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਮੇਰਾ ਖਿਆਲ ਆਪਾਂ ਨੂੰ ਆਸ ਹੋਏ ਲਵੇਰੇ ਤੋਂ ਆਸਾਂ ਪੂਰੀਆਂ ਕਰਨ ਲਈ ਮਦਦ ਕਰੇਗੀ। ਹਾਂ, ਜੇ ਕੋਈ ਔੜ ਪੈ ਗਈ
फिर डॉक्टर को जाओ, नीम किमी टोट के घरेलू ना पढ़ो, फिर घड़ी का खोजा खोहां ते पै जाओ। अच्छा जिहड़ा तुसीं कहा सी घड़ा साहब, ये भी आम तौर पर आपां नूं सुणन नूं मिलदा है किसान वीरां दी खास करके समस्या है, या फिर बहुत कॉमन है जिहड़ी गल कहिंदे ने भी जी पिछले सोए तो बड़ा दुध दिता है, ऐतकी पता नहीं क्यों घट गया ऑटोमैटिकली। सो ये जिहड़ा आपां एक गल कही सी कि वी उस जल्दी आस हो जाए दोबारा दुध ज़्यादा दवे, क्योंकि जे वो पूरा खरिया मतलब पूरा उसकी सेवा नहीं हुई पहला, क्योंकि ये भी साडे इक समस्या, पहला असीं पाते कुछ नहीं, मुड़ के फिर बड़ा तूण चाड़ते आह भी दे दो आह भी दे दो, फिर चीकां मारते दुध नहीं बढ़ता, डेढ़ महीना दुध बढ़ता सौण तो बाद वजन ने खरना उदों ना खा नहीं पाता, तो साडा जिन्ना ज़्यादा खरूगा उन्नी देर वह दोबारा बोलेगा नहीं, जे तुसी पहला उहदी सेवा कर दोगे थोड़ा टाइम खरूगा, जे वो तुसी नहीं सेवा की तो फिर वो तइयों मैं कहा 200 तो बाद तंगी सानू करेगा। सो इस करके पहला उहदी सेवा कर दो, असी विज्ञानिक पक्ष नाल गल करदे आ, हूड़ मत ना करो। अच्छा एक सवाल होर डॉक्टर साहब, जिवें सर्दी का मौसम है, सो इस वेले जिदा छोटे कट्टे बच्चे भी है या फिर पशु है, एक तो देखो मैं पहला दो तीन गल्लां आप कर लिया भी दुध जो पिना कोसा करके प्यो, पहला सेवा कर दो तंदुरुस्त हो बौली प्यार हो, एक मलाप जो धक्का स्टार्ट जहा कम हो जाता पेशाब पीता जरसे खाता ढिड लटक जाता अखा दियाँ बह जा मलाप 3 महीने क्डने पाया, पहला आप महीना पहले कड़ दो सूंग तो, एक चिचड़ा का ध्यान रखना होंगे क्योंकि पहले साल कट्टिया के कट्टिया के बाल बहुत होते बच्चिया के तो होंगे है, उन्होंने बालों के उल्टे रुख हाथ मार के देख लो पिंडे तो सू जे वो लगे है पूरी सावधानी ना दवाई लानी और 10-10 दिन के वक्फे से 3 वारी लानी है, पानी जोड़ा ताज़ा पिना जदों बहर लिया वो कोई झुली वगैरह लै लो धुप्पे बनो, और एक जरा सीधी ठंड ना पवे वो थले सुक बछा दो पराली बछा दो निघा रह जा, क्योंकि ठंड नाल जिहड़ा हैगा जिदा आपां अक्सर कहिंदे बुढ़ा दे कट्टा सियाल कट जन फिर नहीं जाते क्योंकि इन्हां ते भारी पौर पैंदा, पर जदों मरदे आ उदों फिर साडी नसल सरदार नूं धक्का वजदा, चाहे टीका 1000 रुपये का लाओ चाहे 63 साल का लाओ, बादा कट्टा हड्डा रोड़ी गया सच्चे सवाल मेरा कोई है। सो सर्दियों से आपूँ का थोड़ा जहा ध्यान रख, बच्चों का आप भी अपने बच्चों का भी तो ध्यान रखना, मैं तो हमेशा ही लोगों को कहना कि डंगर पशु ना उत्तरा का प्यार करो, जे ओरी थान तुम बचे हो फिर की चाहिए, हूँ कई बार बाहर ताज़ा पानी तुम पी सकते हो कौन मतलब ताज़ा पानी, आप भी शायद कोसा करके पी लें, ताज़ा पानी ज़्यादा पी लेंगे टूटी का पानी कितने पीता जाता, दूसरे डंगर भी तो उत्तरा का करिए, दूजा सफाई का ध्यान रखिए क्योंकि नहा सकते नहीं तुम, सफाई की खुदाई है, फिर जे तुम सफाई नहीं होगी तो आप बीमारियों सदा दे। सो बहुत ही जी काम की गल कह सकते हैं डॉक्टर सहूलता तो आप सुनी है, सो अगे भी जोड़ा ये रड़ीवार प्रोग्राम क्योंकि आप कह रहे हैं कि रड़ीवार प्रोग्राम शुरू किया है, सो अगली बारी फिर कोई नवा जो टॉपिक है आप किसान वीर वास्ते लैके आवेंगे, उदों तक सारे सत श्री अकाल।